ਅਸਾ ਬਾਪ ਦੇ ਲਾਸ ਮੇਰੋ ਕਿਨਾ ਛੇਜ ਸੁਖਾਲੀ ਮੁਖ ਅੰਮ੍ਰਿਤ ਦੀਨ ਨ ਦਿਸ ਬਾਪ ਕੋ ਕਿਉ ਮਨੋ ਬਿਸ਼ਾਰੀ ਅਗੈ ਗਿਆ ਨਾ ਬਾਜੀ ਹਾਰੀ ਮੁਈ ਮੇਰੀ ਮਾਈ ਹਾਂ ਖਰਾ ਸੁਖਾਲਾ ਬਹਿਰੋਂ ਨਹੀਂ ਦਗਲੀ ਲਗੈ ਨਾ ਪਾਲ ਰਹਾਉ ਬਾਲ ਤਿਸ ਬਾਪੇ ਜਿਨ ਹਉ ਜਾਇ ਪੰਜਾ ਤੇ ਮੇਰਾ ਸੰਗ ਚੁਕਾਇਆ ਪੰਜ ਮਾਰ ਪਾਵਾਂ ਤਲ ਦੀਨੇ ਹਰ ਸਿਮਰਨ ਮੇਰਾ ਮਨ ਤਨ ਪੀਨੇ ਪਿਤਾ ਹਮਾਰੋ ਬਟ ਗੋਸਾਈ ਤਿਸ ਪਿਤਾ ਬੈ ਹਉ ਕਿਉ ਕਰ ਜਾਈ ਸਤਗੁਰ ਮਿਲੇ ਤਾਂ ਮਾਰਗ ਦਿਖਾਇਆ ਜਗਤ ਪਿਤਾ ਮੇਰੇ ਮਨ ਪਾਇਆ ਹਉ ਪੁੱਤ ਤੇਰਾ ਤੂੰ ਬਾਪ ਮੇਰਾ ਇਕਠਾ ਹਰ ਦੋਹਾ ਬਸੇਲਾ ਕਹੋ ਕਬੀਰ ਜਨ ਏਕੋ ਬੂਝਿਆ ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਗੁਰੂ ਸਵਾਦੀ ਸਾਤ ਸੰਗਤ ਗੁਰੂ ਕਿਰਪਾ ਦੁਆਰਾ ਗੁਰਬਾਣੀ ਦੀ ਵਿਚਾਰ ਦਾ ਇੱਕ ਕਾਰਜ ਆਰੰਭ ਹੈ ਚੱਲ ਰਿਹਾ ਹੈ ਇਹ ਗੁਰੂ ਦੀ ਬਖਸ਼ਿਸ਼ ਜੀ ਜਾਣੋ ਕਿਉਂਕਿ ਗੁਰੂ ਪਾਤਸ਼ਾਹ ਨੇ ਤੇ ਸਪਸ਼ਟ ਕਿਹਾ ਸੀ ਕਿ ਬਾਣੀ ਬਿਰਲੂ ਵਿਚਾਰ ਸੀ ਬਾਣੀ ਨੂੰ ਵਿਚਾਰੇ ਤੋਂ ਬਿਨਾ ਉਹ ਅਧਿਆਤਮਿਕ ਖੁੰਝਲਾ ਜਿਹੜੀਆਂ ਸਾਡੇ ਵਰਗੇ ਕਲਯੁਗੀ ਜੀਵਾਂ ਨੂੰ ਉਲਝਾ ਬੈਠੀਆਂ ਅਸੀਂ ਉਲਝ ਗਏ ਫਸ ਗਏ ਸਾਨੂੰ ਨਿਕਲਣਾ ਉਹਦੇ ਵਿੱਚੋਂ ਬਹੁਤ ਔਖਾ ਹੋ ਗਿਆ ਹੈ ਪਰ ਜੇ ਗੁਰਬਾਣੀ ਦਾ ਪਾਠ ਪਿਆਰ ਨਾਲ ਪਿਜ ਕੇ ਕੀਤਾ ਜਾਏ ਫਿਰ ਅੰਦਰ ਜਗਿਆਸਾ ਹੋਵੇ ਕਿ ਗੁਰਬਾਣੀ ਸਾਡਾ ਗੁਰੂ ਹੈ ਤੇ ਗੁਰੂ ਜੀ ਕੀ ਕਹਿ ਰਹੇ ਨੇ ਤਾਂ ਇਸੇ ਤਰ੍ਹਾਂ ਇਹ ਪਾਵਨ ਸ਼ਬਦ ਜੋ ਭਗਤ ਕਬੀਰ ਜੀ ਦਾ ਉਚਾਰਨ ਕੀਤਾ ਹੋਇਆ ਜਿਸ ਦਾ ਪਾਠ ਤੁਸੀਂ ਸਮਨ ਕੀਤਾ ਹੈ ਆਓ ਅੱਜ ਵੀ ਵਿਚਾਰ ਕਰੀਂ ਭਗਤ ਜੀ ਸ਼ਬਦ ਦੀ ਪੰਗਤੀ 라ਉ ਦੀ ਪੰਗਤੀ ਵਿੱਚ ਕਹਿੰਦੇ ਨੇ ਮੋਹੀ ਮੇਰੀ ਮਾਈ ਹਾਂ ਖਰਾ ਸੁਖਾਲਾ ਮੋਹੀ ਦਾ ਅਰਥ ਹੈ ਮਰ ਗਈ ਮੇਲੀ ਦਾ ਅਰਥ ਹੈ ਮੇਰੀ ਮਾਈ ਦਾ ਅਰਥ ਹੈ ਮਾਂ ਹੁਣ ਇੱਥੇ ਕਿਹੜੀ ਮਾਂ ਹੈ ਇਹ ਮਾਇਆ ਰੂਪੀ ਮਾਂ ਹੈ ਜਿਹਦੇ ਕਰਕੇ ਮਮਤਾ ਤੇ ਹਮਤਾ ਇਹ ਦੋ ਚੀਜ਼ਾਂ ਨੇ ਜਿਹੜੀਆਂ ਚੰਬੜ ਗਈਆਂ ਇੱਕ ਮਮਤਾ ਇੱਕ ਹੰਗਤਾ ਕੋਈ ਇਹਨੂੰ ਮੈਂ ਮੇਰੀ ਕਹੇ ਕੋਈ ਮੇਰੀ ਤੇਰੀ ਕਹੇ ਇਹ ਹੈ ਮਾਇਆ ਦੀ ਕਰਾਮਾਤ ਕਹਿੰਦੇ ਹੁਣ ਮੇਰੇ ਤੇ ਕਿਰਪਾ ਹੋ ਗਈ ਹੈ ਇਹ ਮਾਈ ਮਾਇਆ ਮੇਰੇ ਮਗਰੋਂ ਲੱਗੀ और इसते मगरों लैन करके हों खरा सुखल मैं बड़ा सौखा हूँ क्योंकि पुआड़े सारे सममता तंगता क्योंकि बाणी च लिखे जब लग मेरी मेरी करे तब लग काज एक नहीं सर जब मेरी मेरी मिट जाए तब प्रभ काज सवार आए ਤੋ ਹੁਣ ਮੇਰੇ ਤੇ ਗੁਰੂ ਦੀ ਕਿਰਪਾ ਹੋ ਗਈ ਹੁਣ ਮੇਰੇ ਤੇ ਇਹਨਾਂ ਦਾ ਪ੍ਰਭਾਵ ਨਹੀਂ ਰਿਹਾ ਤੇ ਮੈਂ ਖਰਾ ਸੁਖਾਲਾ ਹੋ ਗਈ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਤਾਂ ਹੁਣ ਬੜਾ ਸੁਖੀ ਹੋ ਗਈ ਮੋਈ ਮੇਰੀ ਮਾਈ ਹਾਂ ਖਰਾ ਸੁਖਾਲਾ ਪਹਿਰੋਂ ਨਹੀਂ ਧਗਲੀ ਲਗੈ ਨਾ ਪਾਲਾ ਹਰ ਧਗਲੀ ਸ਼ਬਦ ਜਿਹੜਾ ਇਹ ਸਾਡੀ ਆਮ ਗੱਲਬਾਤ ਵਿੱਚ ਨਹੀਂ ਆਉਂਦਾ ਪਰ ਸਾਧੂ ਸੰਤਾਂ ਵਿੱਚ ਆਮ ਹੈ ਉਹ ਰੂੰਦਾਰ ਗੋਦੜੀ ਬਾਬ ਫਾਰਸੀ ਵਿੱਚ ਇਹਨੂੰ ਧਗਲਾ ਕਹਿੰਦੇ ਨੇ ਸਾਰੇ ਸ਼ਬਦ ਦਾ ਮੁੱਖ ਭਾਵ ਲਹਾਉ ਦੀ ਤੁਕ ਵਿੱਚ ਹੈ ਕਿ ਮੇਰਾ ਮਾਇਆ ਦਾ ਮੋਹ ਮਿਟ ਗਿਆ ਹੈ ਕਿ ਮੈਂ ਮੁਰਮੁਰ ਜਨਮ ਵਿੱਚ ਨਹੀਂ ਆਵਾਂਗਾ। ਦਗਲੀ ਤੋਂ ਭਾਵ ਹੈ ਮੁਰਮੁਰ ਕੇ ਸਰੀਰ ਧਾਰਨ ਕਰ। ਉਹ ਦਗਲੀ ਦੇ ਅਖੀ ਅਰਥ ਜਿਹੜੇ ਨੇ ਉਹ ਰੂਹਦਾਰ ਗੋਧੜੀ ਜਿਹੜੀ ਸਾਧੂ ਸੰਤ ਪਾਈ ਫਿਰਦੇ ਨੇ। ਤੋਂ ਭਗਤ ਜੀ ਕਹਿੰਦੇ ਨੇ ਹੁਣ ਮੈਨੂੰ ਮੁਰਮੁਰ ਕੇ ਜਨਮ ਨਹੀਂ ਲੈਣਾ ਪਵੇ। ਮੁਈ ਮੇਰੀ ਮਾਈ ਹਾਂ ਖਰਾ ਸੁਖਾਲਾ ਪੈਰੋਂ ਨਹੀਂ ਡਗਲੀ ਲਗੈ ਨਾ ਪਾਲਾ ਹੁਣ ਮੈਨੂੰ ਮੁਰਮੁਰ ਕੇ ਜਨਮ ਲੈ ਰੂਪੀ ਪਾਲਾ ਠੰਡ ਨਹੀਂ ਚੰਬੜੀ ਮੇਰਾ ਇਸ ਤੋਂ ਛੁਟਕਾਰਾ ਹੋ ਗਿਆ ਹੁਣ ਥਰੂ ਤੋਂ ਅਰੰਭ ਤੋਂ ਕਰਦੇ ਬਾਪ ਤੇਲਾ ਸਾ ਮੇਰੋ ਕਿਨਾ ਹੁਣ ਦੇਖੋ ਜਿਹੜੇ ਸੱਜਣ ਕਹਿੰਦੇ ਨੇ ਕਿ ਗੁਰਬਾਣੀ ਤੇ ਕੋਈ ਵਿਆਕਰਨ ਲਾਗੂ ਨਹੀਂ ਹੁੰਦਾ ਜਾਂ ਲਗਾ ਮਾਤਰਾਂ ਦੀ ਕੋਈ ਮਹੱਤਤਾ ਨਹੀਂ ਉਹ ਬੜੇ ਅਣਜਾਣ ਹਨ ਹੁਣ ਇਥੇ ਬਾਪ ਦੇ ਪਪੇ ਨੂੰ ਸਿਆਰੀ ਹੈ ਜੇ ਬਾਪ ਨਾਉਨ ਪੁਲਿੰਗ ਹੁੰਦਾ ਤੇ ਦੇ ਪਪੇ ਨੂੰ ਔਂਕੜ ਚਾਹੀਦਾ ਸਿਆਰੀ ਲੱਗਣ ਨਾਲ ਇਹ ਹੈ ਕਿ ਬਾਪ ਨੇ ਉਸ ਪਰਮਾਤਮਾ ਬਾਪ ਨੇ ਬਾਪ ਦਿਲਾਸਾ ਮੇਰੋ ਕਿਨਾਂ ਉਹਨੇ ਮੈਨੂੰ ਦਿਲਾਸਾ ਦਿੱਤਾ ਧੀਰਜ ਦਿੱਤਾ ਤਲਵਾਸ ਦਿੱਤਾ ਆਸਰਾ ਦਿੱਤਾ ਜਦੋਂ ਕੋਈ ਬੰਦਾ ਡੋਲਿਆ ਹੋਵੇ ਘਬਰਾਇਆ ਹੋਵੇ ਪਰੇਸ਼ਾਨ ਹੋਵੇ ਤੇ ਉਹਨੂੰ ਕੋਈ ਪਿੱਛੇ ਤੇ ਹੱਥ ਰੱਖ ਕੇ ਹੌਸਲਾ ਦੇ ਦੇਵੇ ਤੇ ਉਹਦਾ ਮਨ ਤੀਰਜ ਵਿੱਚ ਆ ਜਾਵੇ ਇਵੇਂ ਜਦੋਂ ਮੈਂ ਹੁਣ ਪਰਮਾਤਮਾ ਦਾ ਸਿਮਰਨ ਕਰਨ ਲੱਗਾ ਤੇ ਪਰਮਾਤਮਾ ਪਿਤਾ ਨੇ ਮੈਨੂੰ ਤਿਰਜ ਦਿੱਤਾ ਬਾਪ ਦਿਲਾਸਾ ਮੇਰੋ ਕੀ ਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਹੁਣ ਮੇਰਾ ਹਿਰਦਾ ਰੂਪੀ ਸੇਜ ਸੁਖਾਲੀ ਹੋ ਗਈ ਹਰ ਬਾਰੇ ਜਿਹੜੀ ਉਸ ਨੂੰ ਚਿੰਤਾ ਤੇ ਸਹਿਮ ਚੰਬੜਿਆ ਰਹਿੰਦਾ ਸੀ ਉਹ ਮੁੱਕ ਗਿਆ ਕਿਉਂਕਿ ਪਰਮਾਤਮਾ ਪਿਤਾ ਨੇ ਮੁਖ ਅੰਮ੍ਰਿਤ ਦਿਨਾ ਮੁਖ ਦੇ ਖੱਖੇ ਨੂੰ ਸਿਆਰੀ ਹੈ ਮੇਰੇ ਮੂੰਹ ਵਿੱਚ ਆਪਣਾ ਨਾਮ ਰੂਪੀ ਅੰਮ੍ਰਿਤ ਦਿੱਤਾ ਹੈ ਸਤਿਮੁੱਚ ਜਿਹੜੇ ਗੁਰੂ ਕੇ ਸਿੱਖ ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਦਾ ਸਿਮਰਨ ਕਰਦੇ ਨੇ ਨਿਤਨੇਮ ਕਰਦੇ ਨੇ ਸਤ ਸੰਗਤ ਵੀ ਜਾਂਦੇ ਨੇ ਉਹਨਾਂ ਨੂੰ ਇਹ ਸਹਿਜੇ ਹੀ ਸਭ ਕੁਝ ਪ੍ਰਾਪਤ ਹੁੰਦਾ ਔਰ ਉਹ ਆਪਣੀ ਕਿਰਤਕਾਰ ਵਿਹਾਰ ਕਰਦੇ ਹੋਏ ਵੀ ਬੜੇ ਸਹਿਜ ਤੇ ਅਡੋਲਤਾ ਵਿੱਚ ਰਹਿੰਦੇ ਬਾਪ ਦੇਲਾ ਸਾ ਮੇਰੋ ਕੀਨਾ ਸਹਿਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤੇ ਸਬਾਬ ਕੋ ਕਿਉ ਮੰਨੋ ਵਿਸਾਰੀ ਦੇਖੋ ਮੈਂ ਹਾਂ ਜਾਂ ਤੁਸੀਂ ਸਾਨੂੰ ਕੋਈ ਤੀਰਜ ਦੇਵੇ ਦਲਾਸਾ ਦੇਵੇ ਹੌਸਲਾ ਦੇ ਅਸੀਂ ਉਹਦੇ ਕਿੰਨੇ ਸ਼ੁਕਰਗੁਜ਼ਾਰ ਹੁੰਨੇ ਅਸੀਂ ਉਹਦਾ ਕਿੰਨਾ ਧੰਨਵਾਦ ਕਰਦੇ ਤੇ ਮੁਰਮੁਣ ਕੇ ਕਹਿੰਨੇ ਜੀ ਤੁਸੀਂ ਸਾਡੇ ਤੇ ਬੜਾ ਪਰਪਕਾਰ ਕੀਤਾ ਤੁਹਾਡਾ ਪਰਪਕਾਰ ਅਸੀਂ ਕਦੇ ਪੂਰ ਨਹੀਂ ਸਕਾਂ ਸਤਿਮੁੱਚ ਉਸ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਨਾਲ ਉਹਦਾ ਨਾਮ ਸਿਮਰਨ ਕਰਨ ਨਾਲ ਕਿੰਨਾ ਸੁਖ ਮਿਲਦਾ ਇਸ ਲਈ ਭਗਤ ਜੀ ਕਹਿੰਦੇ ਨੇ ਤੇ ਸਬਾਬ ਕੋ ਕਿਉਂ ਮਨੋਂ ਵਿਸਾਰੀ मैं उस प्रभु पिता ਨੂੰ ਆਪਣੇ ਮਨ ਤੋਂ ਕਿਉਂ ਬੁਲਾਵਾਂ ਅੱਗੇ ਗਿਆ ਨਾ ਬਾਜੀ ਹਾਰੀ ਅੱਗੇ ਗਿਆ ਪਰਲੋਕ ਵਿੱਚ ਜਾ ਕੇ ਮੈਂ ਆਪਣੇ ਜੀਵਨ ਦੀ ਬਾਜੀ ਨਹੀਂ ਹਾਰਾਂ ਭਾਵ ਮੇਰੀ ਇਹ ਵਾਰੀ ਇਹ ਮੇਰਾ ਆਉਣਾ ਇਹ ਮੇਰਾ ਮਨੁੱਖਾ ਜਨਮ ਸਫਲ ਹੋ ਜਾਏਗਾ ਮੈਂ ਬਾਜੀ ਜਿੱਤ ਕੇ ਜਾਵਾਂਗਾ ਬੜੇ ਧਿਆਨ ਨਾਲ ਇੱਕ ਇੱਕ ਅੱਖਰ ਸੁਣੋਗੇ ਸਮਝੋਗੇ ਇਹਨੂੰ ਕਹਿੰਦੇ ਨੇ ਸ੍ਰਮਨ ਮੰਨਨ ਤੇ ਅਧਿਆਸਨ ਸੁਣਨਾ ਵੀ ਜ਼ਰੂਰੀ ਹੈ ਸੁਣ ਕੇ ਮੰਨਣਾ ਵੀ ਜ਼ਰੂਰੀ ਹੈ ਤੇ ਮੰਨ ਕੇ ਫਿਰ ਉਸ ਨੂੰ ਜਦੋਂ ਪ੍ਰਤੱਖ ਹੋ ਜਾਂਦਾ ਹੈ ਫਿਰ ਗਿਆਨ ਹੋ ਜਾਂਦਾ ਹੈ ਫਿਰ ਕੋਈ ਭੁਲੇਖਾ ਰਹਿੰਦਾ ਹੀ ਨਹੀਂ ਤੋਂ ਬਾਪ ਜਲਾ ਸਾ ਮੇਰੋ ਕੀਨਾ ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ ਤਿਸ ਬਾਪ ਕੋ ਕਿਉ ਮਨੋ ਵਿਸਾਰੀ ਅਗੇ ਗਿਆ ਨ ਬਾਜੀ ਹਾਰੀ ਮੋਈ ਮੇਰੀ ਮਾਈ ਹਉ ਖਰਾ ਸੁਖਲ ਦੇਖੋ ਮਾਇਆ ਮਾੜੀ ਨਹੀਂ ਮਾਇਆ ਦੀ ਮਮਤਾ ਤੇ ਹੰਗਤਾ ਮਾੜੀ माया गुजरां ਦੇ ਤੌਰ ਤੇ ਚਾਹੀਦੀ ਕਬੀਰ ਜੀ ਨੇ ਆਪ ਕਹੋ ਕਬੀਰ ਜਿਸ ਉਦਰ ਤੇ ਸਮਾਇਆ ਜਿਹਨੂੰ ਪਰਮਾਤਮਾ ਨੇ ਢਿੱਡ ਲਾਇਆ ਉਹਨੂੰ ਮਾਇਆ ਚਾਹੀਦੀ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਕਿਰਤ ਕਰਨ ਦੀ ਕਿਹਾ ਗੁਰੂ ਅਰਗੁਨ ਦੇਵ ਸਾਹਿਬ ਜੀ ਨੇ ਮਾਇਆ ਨੂੰ ਦੌਲਤ ਨੂੰ 부ਜਰਾਨ ਕਿਹਾ ਪਾਵ ਇੱਥੇ ਤੱਕ ਤੇ ਇਹ ਠੀਕ ਹੈ ਪਰ ਜਦੋਂ ਇਹਦੀ ਸੀ ਮਮਤਾ ਵਿੱਚ ਫਸ ਜਾਂਦੇ ਫਿਰ ਇਹ ਸਾਡੇ ਲਈ ਦੁਖਦਾਈ ਹੋ ਜਾਂਦੀ ਮੋਈ ਮੇਰੀ ਮਾਈ ਹਾਂ ਖਰਾ ਸੁਖਾਲਾ ਹੁਣ ਜਿਹੜੀ ਮਮਤਾ ਸੀ ਮੇਰੇ ਅੰਦਰ ਉਹ ਖਤਮ ਹੋ ਗਈ ਹੁਣ ਮੈਂ ਬਹੁਤ ਸੁਖੀ ਹੋ ਗਈ ਪਹਿਰੋਂ ਨਹੀਂ ਧਗਲੀ ਲਗੇ ਨਾ ਬਲਾਂ ਹੁਣ ਮੈਂ ਇਹ ਸਰੀਰ ਰੂਪੀ ਘੋਦੜੀ ਬਾਰ-ਬਾਰ ਨਹੀਂ ਪਾਵਾਂਗਾ ਮੈਨੂੰ ਵੀ ਛੇ ਵਿਕਾਰਾਂ ਦਾ ਪਾਲਾ ਨਹੀਂ ਲੱਗੇਗਾ ਰਹਾ ਬਲ ਇਸ ਬਪੈ ਜਿਨਾਂ ਹੋ ਜਾਇਆ ਹੁਣ ਦੇਖੋ ਇੱਥੇ ਬਲ ਦੇ ਲੱਲੇ ਨੂੰ ਸਿਆਰੀ ਇਹਦਾ ਮਤਲਬ ਹੈ ਬਲੇ ਹਾਰ ਜਾਣਾ ਮੈਂ ਉਸ ਵਾਹਿਗੁਰੂ ਪਿਤਾ ਤੋਂ ਬਲੇ ਹਾਰ ਜਾਣਾ ਜਿਨ ਹੋ ਜਾਇਆ ਜਿਸ ਨੇ ਮੈਨੂੰ ਜਨਮ ਦਿੱਤਾ ਜਿਸ ਨੇ ਮੈਨੂੰ ਦਿਲਾਸਾ ਦਿੱਤਾ ਹੈ ਜਿਸ ਨੇ ਮੇਰੇ ਮੂੰਹ ਵਿੱਚ ਆਪਣਾ ਨਾਮ ਅਮਰਤ ਪਾਇਆ ਬਲ ਤਿਸ ਬਾਪੇ ਬਾਪੇ ਉਸ ਬਾਪ ਤੋਂ ਮੈਂ ਬਲੇ ਹਾਰ ਜਾਂਦਾ ਜਿਨ ਹੋ ਜਾਇਆ ਜਿਸ ਨੇ ਮੈਨੂੰ ਇਸ ਪਾਸੇ ਲਾਇਆ ਬਲ ਤਿਸ ਬਾਪੇ ਜਿਨ ਹੋ ਜਾਇਆ ਪੰਚਾਂ ਤੇ ਮੇਰਾ ਸੰਗ ਚੁਕਾਇਆ ਹੋਜੀ ਕਿਰਪਾ ਦੇ ਨਾਲ ਉਹਦਾ ਸਿਮਰਨ ਕਰਕੇ ਇਹ ਜਿਹੜੇ ਕਾਮ ਕੁੱਦ ਲੋਭ ਮੋਹ ਅਹੰਕਾਰ ਮੈਨੂੰ ਦਬਾਈ ਫਿਰਦੇ ਸੰ ਇਹਨਾਂ ਤੋਂ ਮੇਰੀ ਸੰਗਤ ਦੂਰ ਕਰ ਦਿੱਤੀ ਸਤਮੁਤ ਕਈ ਵਾਰੀ ਵਿਚਾਰੀ ਤਾਂ ਦੁਨਿਆਵੀ ਪਿਤਾ ਵੀ ਸਾਨੂੰ ਮਾੜੇ ਪਾਸੇ ਜਾਣ ਤੋਂ ਰੋਕਦਾ ਹੈ ਕਈ ਵਾਰੀ ਗੁੱਸੇ ਵਿੱਚ ਆ ਕੇ ਥੋੜੀ ਜੀ ਤਾੜਨਾ ਵੀ ਕਰਦਾ ਹੈ ਤੋਂ ਭਗਤ ਕਬੀਰ ਜੀ ਉਸ ਪਰਮਾਤਮਾ ਪਿਤਾ ਦਾ ਜ਼ਿਕਰ ਕਰ ਰਹੇ ਨੇ ਬਾਲਤ ਸਬਾ ਪੈ ਜਨਹੋਂ ਜਾਇ ਮੈਂ ਉਸ ਪਿਤਾ ਤੋਂ ਬਲੇ ਹਾਰ ਜਾਂਦਾ ਜਿਸ ਨੇ ਮੈਨੂੰ ਨਵਾਂ ਜਨਮ ਦਿੱਤਾ ਤੇ ਪੰਚਾਂ ਤੇ ਮੇਰਾ ਸੰਗ ਝੁਕਾਇਆ ਕਾਮ ਕ੍ਰੋਧ ਲੋਭੋ ਅਹੰਕਾਰ ਤੂੰ ਮੇਰਾ ਸੰਗ ਹਟਾ ਦਿੱਤਾ ਪੰਜ ਮਾਰ ਪਾਵਾਂ ਤਲਦੀਨੇ ਉਹ ਪੰਜ ਜਿਹੜੇ ਹਰ ਵੇਲੇ ਮੇਰੇ ਤੇ ਸਵਾਰ ਰਹੇ ਹੁਣ ਮੈਂ ਉਹਨਾਂ ਨੂੰ ਮਾਰ ਕੇ ਖਤੂ ਕਰਕੇ ਪੈਰਾਂ ਥਲੇ ਤਾ ਤੇ ਉਹਨਾਂ ਤੋਂ ਖਿਹੜਾ ਛੁੱਟਣ ਕਰਕੇ ਹਰ ਸਿਮਰਨ ਮੇਰਾ ਮਨ ਤਨ ਵੀਨੇ ਹੁਣ ਸਿਮਰਨ ਦੇ ਨੰਨੇ ਨੂੰ ਸਿਆਰੀ ਹੈ ਸਾਧ ਸੰਗਤ ਯਾਦ ਰੱਖੋ ਜੇ ਸਿਮਰਨ ਨਾਉਨ ਪੁਲਿੰਗ ਹੋਵੇਗਾ ਤੇ ਔਂਕੜ ਆ ਜਾਏ ਜੇ ਜੇ ਸਿਮਰਨ ਦੇ ਨੰਨੇ ਨੂੰ ਸਿਆਰੀ ਹੋ ਜਾਏਗੀ ਤੇ ਸਿਮਰਨ ਕਰਕੇ ਜਿਵੇਂ ਸੁਖਮਨੀ ਸਾਹਿਬ ਚਾਉਂਦਾ ਹੈ ਪ੍ਰਭ ਦਾ ਸਿਮਰਨ ਸਭ ਤੇ ਉੱਚਾ ਉਥੇ ਸਿਮਰਨ ਦੇ ਨੰਨੇ ਨੂੰ ਔਂਕੜ ਤੇ ਫਿਰ ਅੱਗੇ ਜਾ ਕੇ ਪ੍ਰਭ ਕੇ ਸਿਮਰਨ ਉਦਰੇ ਮੂਚਾ ਹੁਣ ਉਤੇ ਸਿਮਰਨ ਦੇ ਨੰਨੇ ਨੂੰ ਸਿਆਰੀ ਹੈ ਠੀਕ ਐਸੀ ਸੁਖਮਨੀ ਸਾਹਿਬ ਦਾ ਪਾਠ ਕਰ ਰਹੇ ਜਿਤਨੀ ਤੇਜ਼ੀ ਨਾਲ ਅਸੀਂ ਪਾਠ ਕਰਦੇ ਧਿਆਨ ਹੀ ਨਹੀਂ ਕਰਦੇ ਪਰ ਜੇ ਧਿਆਨ ਕਰੀਏ ਫਿਰ ਸਮਝਾ ਵੀ ਧਿਆਨੰਦ ਆਏ ਤੋ ਭਗਤ ਜੀ ਕਹਿੰਦੇ ਨੇ ਹਰ ਸਿਮਰਨ ਮੇਰਾ ਮਨ ਤਨ ਵੀਨੇ ਹੁਣ ਮੇਰਾ ਮਨ ਤੇ ਤਨ ਭਿੱਜ ਗਿਆ ਵਾਹ ਗੁਰੂ ਸਿਮਰਨ ਕਿਉਂਕਿ ਉਹ ਜਿਹੜੇ ਪੰਜ ਨੇ ਉਹ ਮੇਰਾ ਖਹਿੜਾ ਛੱਡ ਲਿਆ ਤੇ ਮੈਨੂੰ ਸਮਝ ਆ ਗਈ ਹੈ ਪਿਤਾ ہمارا ਵੱਡ ਗੋਸਾਈ ਉਹ ਮੇਰਾ ਪਰਮਾਤਮਾ ਪਿਤਾ ਬਹੁਤ ਵੱਡਾ ਗੋਸਾਈ ਹੈ ਗੋਸਾਈ ਦੇ ਅਖਰੀ ਅਰਥ ਕਈ ਵਾਰੀ ਕੀਤੇ ਗਏ ਗੋਸਾਈ ਜੋ ਸਾਰੀ ertidhi ਦਾ مالک ਅਸੀਂ ਕਦੇ ਧਿਆਨ ਨਹੀਂ ਦਿੱਤਾ ਪੜੀ ਜਾਣੇ ਆ ਤੂੰ ਠਾਕੁਰ ਤੁਮ ਪੈਰ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈ ਸੂਗ ਗਨੇ ਕੋਈ ਨ ਜਾਣੇ ਤੁਮਰਾ ਅੰਤ ਉੱਚੇ ਤੇ ਉੱਚਾ ਭਗਵਾਨ ਪਿਤਾ ਹਮਾਰੋ ਵਡਗੂ ਸਾਈਂ ਦੇਸ ਪਿਤਾ ਪੈ ਹੋਂ ਕਿਉਂ ਕਰ ਜਾਈ ਹੁਣ ਮੈਨੂੰ ਬਹੁਤ ਚਾਹਨਾ ਹੈ ਇੱਛਾ ਕਿ ਐਸੀ ਪਰਮਾਤਮਾ ਪਿਤਾ ਤੱਕ ਮੇਰੀ ਕਿਵੇਂ ਪਹੁੰਚ ਹੋ ਜਾਏ ਮੈਂ ਕਿਵੇਂ ਉਹਦੀ ਗੋਦੀ ਦਾ ਆਨੰਦ ਮਾਣਾ ਮੈਂ ਕਿਵੇਂ ਉਸ ਦੀ ਗਲਬਕੜੀ ਵੀ ਚਾਹਾਂ ਸਤਗੁਰੂ ਮਿਲੇ ਤਾਂ ਮਾਰਗ ਦਿਖਾਇਆ ਸਤਗੁਰੂ ਮਿਲੇ ਜਦੋਂ ਗੁਰੂ ਦਾ ਮਿਲਾਪ ਹੋਇਆ ਇੱਥੇ ਕਈ ਵਿਦਵਾਨਾਂ ਨੇ ਰਾਮਾਨੰਦ ਜੀ ਬਾਰੇ ਇਸ਼ਾਰਾ ਕੀਤਾ ਤੇ ਕੁਝ ਵਿਦਵਾਨਾਂ ਦੀ ਰਾਏ ਹੈ ਕਿ ਗੁਰੂ ਨਾਨਕ ਦੇਵ ਪਾਤਸ਼ਾਹ ਵੀ ਪੰਜ ਕੋਸੀ ਤੋਂ ਵਾਪਸ ਹੁੰਦਿਆਂ ਕਬੀਰ ਜੀ ਨੂੰ ਮਿਲੇ ਮੈਂ ਇਸ ਬਹਿਸ ਵਿੱਚ ਨਹੀਂ ਪੈਂਦਾ ਪਰ ਇੱਥੇ ਕਿਉਂਕਿ ਇਸ਼ਾਰਾ ਹੈ ਸਤਗੁਰੂ ਮਿਲੇ ਤਾਂ ਮਾਰਗ ਦਿਖਾਇਆ ਜਦੋਂ ਸਤਗੁਰੂ ਦਾ ਮਲਾਪ ਹੋਇਆ ਉਹਨਾਂ ਨੇ ਮੈਨੂੰ ਉਸ ਪਰਮਾਤਮਾ ਦੇ ਘਰ ਜਾਣ ਦਾ ਰਸਤਾ ਦਿਖਾਇਆ ਤੇ ਜਗਤ ਪਿਤਾ ਮੇਰੇ ਮਨ ਪਾਇਆ ਸਤਮੁਤ ਅਸੀਂ ਪਰਮਾਤਮਾ ਪਿਤਾ ਨੂੰ ਖਰੋ ਭੁੱਲਦੇ ਜਦੋਂ ਉਹਦੇ ਗੁਣ ਸਾਨੂੰ ਪਤਾ ਨਹੀਂ ਹੁੰਦਾ ਇਸੇ ਲਈ ਗੁਰੂ ਪਾਤਸ਼ਾਹ ਕਹਿੰਦੇ ਨੇ ਨਿਰਗੁਣਿਆਰ ਇਹ ਅੰਨਿਆ ਸੋ ਪ੍ਰਭ ਸਦਾ ਸਮਾਹ ਜਿਨ ਕੀ ਆਸ ਚੀਤ ਰਖ ਨਾਨਕ ਨਿਭੀ ਨਾਲ ਅਖਾਉ ਜਗਤ ਪਿਤਾ ਹੁਣ ਮੇਰੇ ਮਨ ਪਾਇਆ ਮੈਨੂੰ ਚੰਗਾ ਲੱਗਣਾ ਤੇ ਜਦੋਂ ਮੈਂ ਉਸ ਤੇ ਸਿਮਰਨ ਵਿੱਚ ਜੁੜ ਗਿਆ ਹੰਗਤਾ ਮਮਤਾ ਮੁੱਕ ਗਈ ਇਸ ਮਾਇਆ ਤੇ ਵਿਕਾਰਾਂ ਤੋਂ ਖਿਹੜਾ ਛੁੱਟ ਗਿਆ ਹੁਣ ਮੈਂ ਉਸ ਦੇ ਸੰਮੁਖ ਹਾਂ ਪੁੱਤ ਤੇਰਾ ਤੂੰ ਬਾਪ ਮੇਰਾ हूँ जो पढ़ता सी वो जीड़ी दूरी सी जो जिक्र अं रोज़ पढ़ते हैं कि व सचारा हो तो वूड़ै टुटे पाल हुक्मरज चलना नानक लिखया नाल सचमुच जदों पिता पुत्र का ऐसा प्यार बन जाए कि पुत्र पिता के हर हुक्म लग प ਫਿਰ ਕਦੇ ਦੂਰੀ ਹੋ ਨਹੀਂ ਸਕਦੀ ਭਗਤ ਜੀ ਕਹਿੰਦੇ ਨੇ ਹੁਣ ਇਹ ਮਾਇਆ ਦਾ ਵਿਕਾਰ ਇਹ ਪੰਜਾਂ ਕਾਮ ਕ੍ਰੋਧ ਲੋਭੋ ਅਹੰਕਾਰ ਦਾ ਵਿਕਾਰ ਇਹਨਾਂ ਤੋਂ ਮੇਰਾ ਖਹਿੜਾ ਛੁੱਟ ਗਿਆ ਹੁਣ ਹਉ ਪੂਜ ਤੇਰਾ ਤੂੰ ਬਾਪ ਮੇਰਾ ਹੁਣ ਮੇਰੀ ਸਿੱਧੀ ਗੱਲ ਹੈ ਪਰਮਾਤਮਾ ਨਾਲ ਤੇ ਮੈਂ ਕਿੰਨੂੰ ਤੂੰ ਮੈਂ ਤੇਰਾ ਪੁੱਤਰ ਹਾਂ ਤੂੰ ਮੇਰਾ ਪਿਓ ਹੈ ਇਕਠਾ ਹਰ ਦੋਹਾਂ ਬਸੇਰਾ ਹੁਣ ਹਿਰਦੇ ਦੇ ਅੰਦਰ ਉੱਥੇ ਪਰਮਾਤਮਾ ਪਿਤਾ ਰਹਿੰਦਾ ਉੱਥੇ ਮਹਿਰਨ ਸਾਡਾ ਦੋਹਾਂ ਦਾ ਇੱਕ ਜਗਾ ਵਾਸਾ ਕਹੋ ਕਬੀਰ ਜਨ ਇੱਕੋ 부ਝਿਆ ਕਬੀਰ ਜੀ ਫਰਮਾਉਂਦੇ ਹਨ ਜਨ ਦਾਸ ਨੇ ਸੇਵਕ ਨੇ ਇਕ ਪਰਮਾਤਮਾ ਨੂੰ ਬੁੱਝ ਲਿਆ ਜਾਣ ਲਿਆ ਤੇ ਗੁਰਪ੍ਰਸਾਦ ਮੈਂ ਸਭ ਕੁਝ ਸੂਝਿਆ ਹੁਣ ਇੱਥੇ ਪ੍ਰਸਾਦ ਦੇ ਦਦੇ ਨੂੰ ਸਿਹਾਰੀ ਹੈ ਗੁਰੂ ਦੀ ਕਿਰਪਾ ਦੁਆਰਾ ਮੈਂ ਸਭ ਕੁਝ ਸੂਝਿਆ ਮੈਨੂੰ ਉਹਨਾਂ ਨੂੰ ਸਾਰੀ ਸਮਝ ਆ ਗਈ ਕਹੋ ਕਬੀਰ ਜਨ ਇੱਕੋ ਬੁੱਝਿਆ ਗੁਰਪ੍ਰਸਾਦ ਮੈਂ ਸਭ ਕੁਝ ਸੂਝਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ